ਬੰਦੇ ਆ ਰਹੇ ਜੀ ਕੋਈ ਨਹੀਂ ਕੋਈ ਗੱਲ ਨਹੀਂ ਆਉਣ ਦਾ ਰਹੇ ਆਉਣ ਦੇਖੋ ਟੋਲੇ ਵੀ ਮੇਰੀ ਗੱਲ ਸਾਡੇ ਸਾਹਮਣੇ ਜਿਹੜੇ ਪਤਾ ਲੱਗਿਆ ਪੰਜ ਪੜਦਾ ਸਾਡੀ ਗੱਡੀ ਆ ਗਈ 10 ਬੋਲਾਂ ਹੈਗੀ ਅੱਜ ਸਾਹਮਣੇ ਅਸੀਂ ਰਾਤ ਦੇ ਹੀ ਲੱਗੇ ਹੋਏ ਉਹਦੀ ਜਿਹੜੀ ਬੁਕਿੰਗ ਹੈ ਉਹ ਬੁਕਿੰਗ ਤੋਂ ਕਲੀਅਰ ਹੋ ਜਾਣਾ ਬੁਕਿੰਗ ਕੈਨਸਲ ਹੈ ਜੀ ਤੇ ਛੋਟੇ ਵੀਰੇ ਇੱਕ ਵਾਰ ਮੈਨੂੰ ਕੁਐਸਚਨ ਉਹ ਕਰੀ ਜਿਹੜਾ ਮੈਂ ਪੁੱਛੂਗਾ ਜਾਂ ਤਾਂ ਤੁਸੀਂ ਤਫਤੀਸ਼ ਕਰ ਲਓ ਨਹੀਂ ਨਹੀਂ ਕਰਨੋ ਜਾਂ ਤਾਂ ਪੁਲਿਸ ਦਾ ਕੰਮ ਹੈ ਤੁਸੀਂ ਉਹ ਨਹੀਂ ਗੱਲ ਕਰੋ ਤੁਸੀਂ ਸਿਰਫ ਜਿਹਨ ਪੁੱਛਦੇ ਹੋ ਉਹ ਦੱਸ ਦਿਓ ਹਾਂ ਇਹਨਾਂ ਜੋ ਪੁੱਛਦੇ ਕੈਨਸਲ ਹੈ ਸਮਝਦੇ ਨੇ ਉਹ ਬੁਕਿੰਗ ਵਾਲੇ ਬੰਦੇ ਚੱਕਾਂਗੇ ਕੈਨਸਲ ਵਾਲੇ ਨੰਬਰ ਤਾਂ ਗਿਆ ਨਾ ਹੁਣ ਅਸੀਂ ਸਾਰੇ ਕੰਮ ਤੇ ਪਹਿਲੂ ਹੁਣ ਸਾਡੀ ਮਦਦ ਬਜਾਏ ਕਰਨ ਦੇ ਬਜਾਏ ਤੁਸੀਂ ਸਾਨੂੰ ਆਹ ਕੰਮ ਚ ਲਾਓ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਸਾਡੀ ਸਪੋਰਟ ਕਰੋ ਸਕਮਾ ਹਾਂਜੀ ਨਹੀਂ ਸਰ ਅਸੀਂ ਤੁਹਾਡੇ ਨਾਲ ਠੀਕ ਹੈ ਸਾਡੀ ਰਾਹ ਤੇ ਤੁਰੇ ਫਿਰਦੇ ਆ ਸਾਡੀ ਸਰ ਬੇਨਤੀ ਇਹ ਹੈ ਰਾਜ ਦੀਆਂ ਟੀਮਾਂ ਬਣਾਈਆਂ ਹੋਈਆਂ ਸੀ ਜਲਦੀ ਫੜਿਆ ਜਾਵੇ ਰਾਜ ਬਣੀ ਹੋਈ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਹਾਂ ਟੈਸ ਕਰ ਰਹੇ ਆ ਅਸੀਂ ਕੱਠੇ ਦੇਖੋ ਕੱਠੇ ਹੋਣ ਨਾਲ ਜੇ ਤਾਂ ਆਪਾਂ ਉਹਨੂੰ ਮੋੜ ਲਿਆ ਸਕਦੇ ਆ ਅੰਗਰੇਜ਼ੀ ਨਹੀਂ ਤਾਂ ਅਸੀਂ ਵੀ ਤੁਹਾਡੇ ਨਾਲ ਬਹਿ ਜਾਂਦੇ ਆ ਸਾਡਾ ਜੀ ਕੱਠੇ ਹੋਣ ਦਾ ਮਕਸਦ ਕਿਸੇ ਨੂੰ ਤੰਗ ਕਰਨਾ ਨਹੀਂ ਹੈ ਹਾਂ ਸਾਡਾ ਇਹ ਸਾਡੇ ਚੋਂ ਇੱਕ ਜੀ ਗਿਆ ਵਾ ਭਾਈ ਮਤਲਬ ਜਿੰਨਾ ਦੁੱਖ ਉਹਦੇ ਪਰਿਵਾਰ ਨੂੰ ਹੈ ਉਹਨਾਂ ਸਾਨੂੰ ਹੈ ਤੁਹਾਨੂੰ ਵੀ ਹੈ ਸਰ ਸਾਡੇ ਪਹਿਲਾਂ ਇੱਕ ਬੰਦਾ ਡੇਰਾ ਵਸੀ ਤੋਂ ਮਰਿਆ ਅੱਜ ਤੱਕ ਉਹਦਾ ਕੁਝ ਨਹੀਂ ਪਤਾ ਲੱਗਿਆ ਉਸ ਤੋਂ ਬਾਅਦ 40 ਸੈਕਟਰ ਇੱਕ ਬੰਦਾ ਡਰਾਈਵਰ ਮਾਰਿਆ ਉਹਦਾ ਕੁਝ ਨਹੀਂ ਪਤਾ ਲੱਗਿਆ ਥੋੜੇ ਦਿਨ ਪਹਿਲਾਂ ਬਨੋੜ ਮਾਰਿਆ ਉਹਦਾ ਕੁਝ ਨਹੀਂ ਪਤਾ ਲੱਗਿਆ ਜਿਹੜੇ ਜਿਹੜੇ ਯਾਦ ਨੇ ਇੱਕ ਸਿਸਵਾ ਰੋਡ ਤੇ ਮਰਿਆ ਸੀਗਾ ਤੁਹਾਨੂੰ ਪਤਾ ਹੋਣਾ ਜੀ ਉਹਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਜੀ ਗੱਲ ਪਤਾ ਕੀ ਹੋਣੀ ਹੈ ਦੇਖੋ ਇਹ ਤਫਤੀਸ਼ ਕਰਨ ਦੀ ਪਹਿਲੂ ਨੇ ਅਸੀਂ ਆ ਗਏ ਮੌਕੇ ਤੇ ਅਸੀਂ ਸਾਰਾ ਕੁਝ ਲੱਭ ਰਹੇ ਸਭ ਤੋਂ ਵੱਡੀ ਗੱਲ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਜਦੋਂ ਤੁਸੀਂ ਬੁਕਿੰਗ ਕਰਦੇ ਹੋ ਤਾਂ ਉਹਦੀ ਪੂਰੀ ਐਡਰੈਸ ਲਓ ਬੈਠਣ ਲੱਗੇ ਨਹੀਂ ਦਿੰਦਾ ਜੀ ਕੋਈ ਨਹੀਂ ਫੇਰ ਬਿਠਾਓ ਨਾ ਫੇਰ ਦੇਖੋ ਥੋੜੇ ਵੀਰ ਪਹਿਲਾਂ ਆਪਣੇ ਆਪ ਨੂੰ ਸ਼ੋਰ ਕਰੋ ਆਪਣੇ ਆਪ ਸੇਫ ਰੱਖੋ ਫੇਰ ਦੂਜੇ ਦੀ ਸੇਫ ਕਰੋ ਕੋਈ ਜੇ ਕਿਸੇ ਨੂੰ ਹੁਣ ਮੇਰੀ ਗੱਲ ਸੁਣੋ ਇੱਕ ਮਿੰਟ ਅਸੀਂ ਦੋ ਬੰਦੇ ਆ ਅਵਤਾਰ ਤੈਨੂੰ ਅਸੀਂ ਕਹਿ ਦਿੰਨੇ ਆ ਵੀ ਸਾਨੂੰ ਤੂੰ ਚੰਡੀਗੜ੍ਹ ਤੋਂ ਮੁੱਲਾ ਪਰ ਛੱਡਿਆ ਤੂੰ ਕਹੇਂਗਾ ਜੀ ਮੈਂ 500 ਰੁਪਏ ਲਾਉਂਦਾ ਮੇਰੇ ਮਨ 'ਚ ਬਦਨੀਤੀ ਹੈ ਮੈਂ ਤੁਹਾਨੂੰ ਕਹੂੰਗਾ 1000 ਦੇ ਨਹੀਂ ਛੱਡਿਆ ਠੀਕ ਨਹੀਂ ਇੱਕ ਆਪਾਂ ਆਪਣਾ ਵੀ ਦਿਮਾਗ ਕੰਮ ਕਰਦਾ ਆਪਾਂ ਗੱਡੀਆਂ ਲਈ ਘੁੰਮਦੇ ਚਲਾਉਂਦੇ ਡਰਾਈਵਰੀ ਕਰਦੇ ਸਭ ਤੋਂ ਵੱਧ ਦਿਮਾਗ ਜਿਹੜਾ ਸਾਡੇ ਨਾਲੋਂ ਵੀ ਡਰਾਈਵਰ ਦਾ ਹੁੰਦਾ ਕਿਉਂਕਿ ਜਿਹਨਾਂ ਟ੍ਰੈਫਿਕ ਵੀ ਦੇਖਣੀ ਹੈ ਹਰੇਕ ਚੀਜ਼ ਵੀ ਦੇਖਣੀ ਹੈ ਗੱਡੀ ਵੀ ਚਲਾਉਣੀ ਹੈ ਆਪਣਾ ਹੁੰਦਾ ਸਾਰੇ ਸਾਰੇ ਘੁੰਮਦਾ ਹੁੰਦਾ ਠੀਕ ਇਹ ਆਪਾਂ ਨੂੰ ਉਸ ਚੀਜ਼ ਦਾ ਪਤਾ ਲੱਗਦਾ ਕਿਹੜਾ ਬੰਦਾ ਮੈਨੂੰ 500-1000 ਦੇ ਰਿਹਾ ਕੋਈ ਗੱਲ ਹੈ ਗੜਬੜਾਈ ਕੋਈ ਗੜਬੜਾਈ ਕਿਹੜੇ ਰਾਤ ਨੂੰ ਲਿਆ ਰਿਹਾ ਵੇ ਕਿਹੜੇ ਰਾਤ ਨੂੰ ਲਿਆ ਰਿਹਾ ਉਹਦਾ ਬਜ਼ਾਰਾ ਕੀ 150 ਦੇ ਵਿੱਚ ਆਇਆ ਹੋਣਾ ਜੀ ਯਾਰ ਮੈਂ ਬੰਦਾ ਬਣਾਈ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਅਸੀਂ ਅਗਲੇ ਦਾ ਪੂਰਾ ਐਡਰੈਸ ਲਈਏ ਸਾਰੀਆਂ ਤਿੰਨੇ ਇੱਪਾਂ ਨੇ ਤੁਸੀਂ ਤਿੰਨੇ ਇੱਪਾਂ ਦੇ ਉਹਨਾਂ ਦੇ ਕਾਨੂੰਨ ਲਾਗੂ ਕਰੋਗੇ ਉਹ ਪੂਰਾ ਐਡਰੈਸ ਲੈ ਕੇ ਸਾਨੂੰ ਬੁਕਿੰਗ ਕਰਾ ਕੇ ਚਿੱਠੀ ਅੱਜ ਅਸੀਂ ਰੱਖੀਏ ਫਿਲਟਰ ਕਰੀਏ ਅੱਜ ਚਿੱਠੀ ਕੱਢਾਂਗੇ ਸਾਨੂੰ ਦਾ ਪਤਾ ਨਹੀਂ ਜੀ ਜਦੋਂ ਸਾਡੇ ਪੰਜਾਬ ਦੇ ਵਿੱਚ ਇਹਨਾਂ ਚਲਾਉਣ ਵਾਸਤੇ ਕੋਈ ਨਹੀਂ ਇੱਕ ਮਿੰਟ ਇੱਕ ਇਨ ਡਰਾਈਵ ਹੈ ਇਨ ਡਰਾਈਵ ਨਾ ਟੈਕਸ ਦੇ ਰਹੀ ਹੈ ਨਾ ਕੁਝ ਦੇ ਰਹੀ ਕੁਝ ਵੀ ਨਹੀਂ ਦੇ ਰਹੀ ਬੇਖੋਬ ਚੱਲ ਰਹੀ ਹੈ ਉਹੀ ਨੰਬਰ 1 ਚੱਲ ਰਹੀ ਹੈ ਰੇਟ ਘਟਾਇਆ ਹੋਇਆ ਡਰਾਈਵਰ ਰੋੜਾਂ ਦੇ ਲਿਆਉਂਦੇ ਹੋਏ ਤੁਸੀਂ ਸਾਨੂੰ ਇਹ ਚੀਜ਼ ਦੇਖ ਕੇ ਦਿਓ ਅਸੀਂ ਉਹਨਾਂ ਨੂੰ ਗਾਹ ਕਰੀਏ ਵੀ ਜਿਹੜੀ ਗੱਡੀ ਸਾਡੇ ਪੰਜਾਬ ਥੋੜੀ ਐਂਟਰ ਕਰੂਗੀ ਉਹ ਪੂਰੇ ਉਹਦੇ ਨਾਲ ਐਂਟਰ ਹੋਵੇ ਨਜਾਇਜ਼ ਵੀ ਅਸੀਂ ਕੋਈ ਮਾਰਨਾ ਨਹੀਂ ਹੁਣ ਅਸੀਂ ਤਫਤੀਸ਼ ਹੈ ਜਿਹੜੀ ਤਫਤੀਸ਼ ਚੱਲ ਰਹੀ ਹੈ ਫੇਰ ਵੀ ਮੈਕਸੀਮਮ ਤੁਸੀਂ 15 ਦਿਨ ਮੰਨ ਕੇ ਚੱਲੋ 15 ਦਿਨ ਹਾਂਜੀ ਕਿਉਂਕਿ ਸੁਣ ਲੈ ਮੇਰੀ ਗੱਲ ਅਸੀਂ ਸਾਰੇ ਸੈਪ ਕੈਫੇ ਲੈਣੇ ਇਹਦੇ ਵੀ ਕੌਣ ਕਿੱਥੋਂ ਆਇਆ ਕੀ ਹੋਇਆ ਹੁਣ ਜਿਹੜੀ ਰੈਡ ਕੈਂਸਲ ਹੋਈ ਉਹ ਵੀ ਦੇਖਣਾ ਸੀ ਉਹ ਬੰਦੇ ਵੀ ਬੁਲਾਉਣੇ ਨੇ ਸਾਰੀਆਂ ਦੀ ਡਿਟੇਲ ਕੱਲ ਕਢਾਉਣੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਦੇਣਾ ਗੱਲ ਹੋਈ ਸਰ ਇਹਦੇ 'ਚ ਤਾਂ ਕੋਈ 15 ਦਿਨ ਵਾਲਾ ਕੰਮ ਹੈ ਨਹੀਂ ਨਾ ਜਿੱਦਨੋਂ ਗੱਡੀ ਆਈ ਕੈਮਰੇ 15 ਦਿਨਾਂ ਦਾ ਕੰਮ ਚੈੱਕ ਕਰ ਰਹੇ ਹੋਣਾ ਇੱਕਦਮ ਤਾਂ ਇਦਾਂ ਨੂੰ ਤੁਸੀਂ ਵੀ ਕੋਸ਼ਿਸ਼ ਕਰ ਲਓ ਨਹੀਂ ਕੋਸ਼ਿਸ਼ ਕਰ ਰਹੇ 15 ਦਿਨਾਂ ਦਾ ਕੰਮ ਤੁਸੀਂ ਦੇਖੋ ਇਹ ਆਸ਼ਵਾਸਨ ਸਹੀ ਹੈ ਤੁਹਾਡੇ ਕੋਲ ਕੋਈ ਆਇਆ ਤਾਂ ਤੁਸੀਂ ਕਰ ਲਓ ਤੁਸੀਂ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹ ਕਰ ਲਓ ਫਿਰ ਤੁਸੀਂ ਦੱਸੋ ਅਸੀਂ ਤੁਹਾਡੇ ਨਾਲ ਸਰ ਅਸੀਂ ਤਾਂ ਤੁਹਾਡੇ ਨਾਲ ਹੈ ਅਸੀਂ ਤੁਸੀਂ ਸਾਡੇ ਨਾਲ ਕਹਿੰਦੇ ਅਸੀਂ ਸਾਨੂੰ ਦੱਸੋ ਵੀ ਆ ਫਲਾਣਾ ਬੰਦਾ ਚੱਕਣਾ ਅਸੀਂ ਤੁਹਾਡੇ ਨਾਲ ਹੈ ਸਾਰੀ ਇੱਕ ਚੀਜ਼ ਦੱਸੋ ਅਸੀਂ ਸਵੇਰ ਤੋਂ ਸ਼ੱਕੇ ਨੂੰ ਮਾਹੌਲ ਖਰਾਬ ਕਰੇ ਆ ਮੇਰਾ ਮਾਹੌਲ ਖਰਾਬ ਕਰਕੇ ਨਹੀਂ ਕਰ ਰਹੇ ਸਾਰੀ ਜਨਤਾ ਸਾਡੇ ਨਾਲ ਦੀ ਹੈ ਅਸੀਂ ਪਹਿਲਾਂ ਬੀਜੇ ਸੀ ਫਿਰ ਅਸੀਂ ਖੁਦ ਅਸੀਂ ਕੋਈ ਮਾਹੌਲ ਡਰਾਈਵਰ ਨੇ ਕੋਈ ਮਾਹੌਲ ਖਰਾਬ ਕਰੇ ਉਹਦੇ ਭਰਾ ਨੂੰ ਬੁਲਾਇਆ ਸੀ ਜੀ ਮੌਕੇ ਤੇ ਸੀ ਸਾਡੇ ਬੀਜੀਆਈ ਲੈ ਕੇ ਭਰਾ ਕੋਲੇ ਸੀ ਉੱਥੇ ਡਾਕਟਰ ਨੇ ਡਿਕਲੇਅਰ ਕੀਤਾ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਸਾਡੀ ਟੀਮ ਦੂਜੀਆਂ ਸੀ ਆ ਡਿਪੀ ਸਾਹਿਬ ਐਚ ਚੋ ਸਾਹਿਬ ਸਾਰੇ ਅਫਸਰ ਆਏ ਹੋਏ ਸੀਗੇ ਉਹਨਾਂ ਨੇ ਆਪਣੀ ਭੋਗ ਕਰਤੀ ਹੁਣ ਤੁਹਾਨੂੰ ਕੀ ਦੱਸੇ ਸੀ ਕੀ ਕਰ ਰਹੇ ਹੈ ਨਹੀਂ ਉਹ ਠੀਕ ਹੈ ਸਰ ਸਾਡੀ ਦਾ ਪਾਰਟ ਹੈ ਹੋ ਸਕਦਾ ਤੁਹਾਡੇ ਵਿੱਚੋਂ ਕੋਈ ਬੰਦਾ ਨਿਕਲਿਆ ਵੀ ਸਹੀ ਹੈ ਸਰ ਉਹ ਤੁਹਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਠੀਕ ਹੈ ਕੋਈ ਹੋ ਸਕਦਾ ਹੈ ਇਹ ਇਨਵੈਸਟੀਗੇਸ਼ਨ ਸਾਨੂੰ ਹਾਈ ਕੋਰਟ ਦਾ ਜੱਜ ਵੀ ਨਹੀਂ ਪੁੱਛਦਾ ਬਿਨਾ ਬੁਕਿੰਗ ਤੋਂ ਲੈ ਕੇ ਆਇਆ ਹੋਵੇ ਉੱਥੇ ਆਇਆ ਹੋਵੇ ਹੋ ਵੀ ਸਕਦਾ ਜਦੋਂ ਬੰਦੇ ਦੀ ਕਿਸੇ ਦੀ ਮੌਤ ਹੁੰਦੀ ਹੈ ਅਸੀਂ ਤਫਤੀਸ਼ ਕਰਨੀ ਹੈ ਅਸੀਂ ਤਾਂ ਆਪਣੇ ਬੱਚਿਆਂ ਪਰ ਵੀ ਜਾਣਾ ਵੀ ਇਹਨਾਂ ਚੋਂ ਨਹੀਂ ਕੋਈ ਗਲਤੀ ਨਹੀਂ ਕੋਈ ਸਾਡੇ ਭੈਣ ਭਾਈ ਜੋ ਨਹੀਂ ਕਿਸੇ ਗਲਤੀ ਨਿਕਲਦੀ
ਸਾਰੇ ਪਾਸੇ ਨੂੰ ਪਹਿਲੂ ਤੋਂ ਤੀਜ ਕਰਕੇ ਜਾਣਾ ਨਹੀਂ ਅਸੀਂ ਉਸ ਗੱਲ ਨੂੰ ਤਾਂ ਮੰਨਦੇ ਹਾਂ ਪਰ ਮੰਨ ਲਓ ਇੱਕ ਚੀਜ਼ ਨੂੰ ਦੇਖੋ ਇੱਕ ਹੁਣ ਸਾਰੇ ਡਰਾਈਵਰ ਅਸੀਂ ਖੜੇ ਹਾਂ ਅਸੀਂ ਉਹਦੇ ਤੱਕ ਆਪੇ ਨਹੀਂ ਡਰਦੇ ਹੋਏ ਕੰਮ ਕਰ ਸਕਦੇ ਕਿਉਂਕਿ ਅੱਜ ਉਹਦਾ ਹੋ ਗਿਆ ਹੁਣ ਘੰਟੇ ਨੂੰ ਸਾਡੇ ਚੋਂ ਕਿਸੇ ਦਾ ਹੋ ਗਿਆ ਅਸੀਂ ਕੀ ਕਰਾਂਗੇ ਇਹ ਮੇਰੀ ਜਿਹੜਾ ਹਜ਼ਾਰ ਫਰਾਂਡ ਦਾ ਬੰਦਾ ਦੋ ਸਲਾਖਾਂ ਦੇ ਪਿੱਛੇ ਆ ਗਿਆ ਸੁਣ ਤਾਂ ਲਓ ਜੀ ਜੀ ਕਿੰਨੇ ਜੁਰਮ ਹੁੰਦੇ ਦੁਨੀਆ ਤੇ ਬਹੁਤ ਜ਼ਿਆਦਾ ਸਰ ਹੁੰਦੇ ਨੇ ਜੀ ਕੌਣ ਕਰਦੇ ਨੇ ਆਪਣੀ ਪਬਲਿਕ ਹੀ ਕਰਦੀ ਹੈ ਹੁਣ ਇੱਕ ਇੱਕ ਛੋਟਾ ਜਿਹਾ ਹੋਰ ਜੀ ਸਾਨੂੰ ਤਾਂ ਗੱਡੀ ਦੇ ਵਿੱਚ ਟੈਕਸੀ ਡਰਾਈਵਰਾਂ ਨੂੰ ਰਾਤ ਨੂੰ ਚਲਾਉਂਦੇ ਆ ਡੰਡਾ ਰੱਖਣਾ ਵੀ ਅਲਾਉ ਨਹੀਂ ਬਿਲਕੁਲ ਕਿਉਂ ਨਹੀਂ ਤੁਹਾਨੂੰ ਕੌਣ ਰੋਕਦਾ ਤੁਸੀਂ ਆਪਣੀ ਸੇਵਾ ਕਰਦੇ ਹੋ ਸਾਡੇ ਪੰਜਾਬ 'ਚ ਵੀ ਇਹ ਖਰੜ ਕਰਦੇ ਆ ਖਰੜ ਕਰਦੇ ਏਅਰਪੋਰਟ ਕਰਦੇ ਆ ਜੀ ਮੇਰੀ ਗੱਲ ਸੁਣੋ ਤੁਸੀਂ ਆਪਦਾ ਸੇਫ ਰਹੇ ਕਰਦਾ ਸਾਰਾ ਕੰਮ ਆਪਾਂ ਭੁੱਲ ਕੇ ਦੱਬ ਰਹੇ ਇਹ ਸਾਨੂੰ ਸਾਰਾ ਪਤਾ ਅਸੀਂ ਲਵਾਏ ਹੋਏ ਨੇ ਅਸੀਂ ਚੈੱਕ ਕੁਛ ਨੂੰ ਕੋਈ ਦੋਸ਼ੀ ਨਹੀਂ ਮੰਨ ਰਹੇ ਸਰ ਅਸੀਂ ਤਾਂ ਇਨਵੈਸਟੀਗੇਸ਼ਨ ਨੂੰ ਕਹਿ ਰਹੇ ਤੇਜ਼ ਕਰੋ ਚੱਲ ਰਹੀ ਸਾਡੀ ਤੇਜ਼ ਰਾਤ ਹੀ ਚੱਲ ਰਹੀ ਸਾਡੀ ਠੀਕ ਹੈ ਨਾ ਜੀ ਕਿਉਂਕਿ ਸਾਡੇ ਇੱਥੇ ਇਕੱਠੇ ਹੋਣ ਦਾ ਮਕਸਦ ਕੋਈ ਮੌਲ ਨਹੀਂ ਪੜਨਾ ਨਹੀਂ ਅਸੀਂ ਸਿਰਫ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਮੈਂ ਤੁਹਾਨੂੰ ਗੱਲ ਦੱਸਦਾ ਹਾਂਜੀ ਬੰਦਾ ਪਿਛਲੇ ਹਫ਼ਤੇ ਕੇਲਦਾ ਤੋਂ ਜੀ ਮਰਡਰ ਕਰਕੇ ਆ ਗਿਆ ਇੱਥੇ ਘੁੰਮਦਾ ਫਿਰਦਾ ਰਿਹਾ ਇੱਥੇ ਪਹਿਲਾਂ ਲੇਬਰ ਦਾ ਕੰਮ ਕਰਦਾ ਹੋਣਾ ਘੁੰਮਦਾ ਫਿਰਦਾ ਰਿਹਾ ਹੁਣ ਇੱਥੇ ਇੱਕ ਚੀਜ਼ ਸੌਰੀ ਸਰ ਮੈਂ ਤੁਹਾਡੀ ਗੱਲ ਕਰਦਾ ਸਾਡੇ ਕੋਲ ਪਬਲਿਕ ਆਈ ਵੀ ਆ ਬੰਦਾ ਮਾਰਾ ਫਿਰਦਾ ਅਸੀਂ ਲਿਆਏ ਥਾਣੇ ਬਿਠਾ ਲਿਆ ਉਹਨੂੰ ਥਾਣੇ ਬਿਠਾਉਣ ਤੋਂ ਬਾਅਦ ਦੋ ਦਿਨ ਲੰਘ ਗਏ ਉਹਦਾ ਕੋਈ ਵਾਰਸ ਨਹੀਂ ਆਇਆ ਤੀਜੇ ਦਿਨ ਕੇਲਾ ਦੀ ਪੁਲਿਸ ਸਾਡੇ ਕੋਲ ਆ ਗਈ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਆਹ ਬੰਦੇ ਦੀ ਇੰਡੀਕੇਸ਼ਨ ਹੈ ਚਲੋ ਇੱਕ ਗੱਲ ਅਸੀਂ ਭੇਜੀ ਸਾਰਾ ਕੁਛ ਉਹ ਨਿਕਲਿਆ ਭੈਣ ਦਾ ਯਾਰ ਉਹੀ ਸਦਾਈ ਚਲੋ ਹੁਣ ਅਸੀਂ ਜਿਹੜੇ ਡਰਾਈਵਰ ਵੀਰਾਂ ਵੱਲੋਂ ਪੁੱਛਣਾ ਚਾਹੁੰਦਾ ਸਰ ਵੀ ਤੁਹਾਡਾ ਨਾਂ ਹੈ ਸਰਦਾਰ ਗੁਰਨਾਮ ਸਿੰਘ ਜੀ ਜੇਕਰ ਅਸੀਂ ਆਪਣੀ ਗੱਡੀ 'ਚ ਡੰਡਾ ਰੱਖੀਏ ਕੋਈ ਮੁਲਾਜ਼ਮ ਚਲਾਨ ਕੱਢਦਾ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਾ ਦਈਏ ਬਿਲਕੁਲ ਮੇਰਾ ਨੰਬਰ ਇਹ ਕਾਹਦਾ ਚਲਾਨ ਹੈ ਬੋਲ ਦੋ ਨੰਬਰ ਹਾਂਜੀ ਨੰਬਰ ਬੋਲ ਦੋ 95 155 099 5 ਸੋ ਬਾਈ ਜੇਕਰ ਤੁਹਾਨੂੰ ਕੋਈ ਵੀ ਡੰਡਾ ਰੱਖਣ ਤੋਂ ਪੰਜਾਬ 'ਚ ਰੋਕਦਾ ਹੈ ਪੁਲਿਸ ਰੋਕਦੀ ਹੈ ਤਾਂ ਸਰਦਾਰ ਗੁਰਨਾਮ ਸਿੰਘ ਜੀ ਦਾ ਬਿਆਨ ਹੈ ਇਹਨਾਂ ਨੇ ਆਪਣਾ ਨੰਬਰ ਦਿੱਤਾ ਤੁਸੀਂ ਇਹਨਾਂ ਨੂੰ ਬੇਝਿਜਕ ਕਾਲ ਕਰ ਸਕਦੇ ਹੋ ਬਸ ਬਿਲਕੁਲ ਕਾਲ ਕਰ ਜਿੱਥੇ ਮਰਜ਼ੀ ਰੱਖ ਸਕਦੇ ਹੋ ਆਪਣੀ ਸੇਫਟੀ ਲਈ ਹਰ ਇੱਕ ਬੰਦਾ ਜਾਂਦਾ ਡੰਡਾ ਰੱਖਦਾ ਰਾਤ ਬਰਾਤੇ ਆਪਾਂ ਨਿਕਲਦੇ ਹਾਂ ਅਸੀਂ ਵੀ ਨਿਕਲਦੇ ਹਾਂ ਡੰਡਾ ਸਾਡੇ ਹੱਥ 'ਚ ਹੁੰਦਾ ਕਿ ਕੋਈ ਕੁੱਤਾ ਨਾ ਪੈ ਜੇ ਕੋਈ ਹੋਰ ਨਾ ਪੈ ਜੇ ਠੀਕ ਹੈ ਬਾਕੀ ਤੁਸੀਂ ਸਾਡੀ ਸਹਿਯੋਗ ਕਰੋ ਨਹੀਂ ਸਰ ਅਸੀਂ ਸਹਿਯੋਗ ਕਰਨ ਵਾਸਤੇ ਹੈਗੇ ਹਾਂ ਪਰ 15 ਦਿਨਾਂ ਲਈ ਤਾਂ ਸਰ ਬਹੁਤ ਜ਼ਿਆਦਾ ਹੋ ਜਾਂਦਾ 15 ਦਿਨਾਂ ਲਈ ਤੁਸੀਂ ਮੇਰੀ ਗੱਲ ਸਮਝਾ ਯਾਰ ਅਸੀਂ 15 ਦਿਨ ਇੱਕ ਮਿੰਟ ਮੇਰੀ ਗੱਲ ਕਰਦਾ ਜੀ ਪਤਾ ਕੀ ਹੈ ਜੀ ਸਾਨੂੰ ਲੋਕੇਸ਼ਨ ਆ ਜਾਂਦੀ ਹੈ ਬੰਦ ਨੇ ਅਸੀਂ ਸਰ ਆਪਣੀ ਸਾਡੀਆਂ ਟੈਕਸੀਆਂ ਬੰਦ ਨੇ ਬੰਦ ਅਟਲੇ ਸਾਡੀਆਂ ਬੰਦ ਨਹੀਂ ਚੱਲਣਗੀਆਂ 45 ਜਾਵਾਂ 15 ਦਿਨ ਦਾ ਬਹੁਤ ਨਹੀਂ ਸਾਡੀਆਂ ਟੈਕਸੀਆਂ ਬੰਦ ਨੇ 24 ਘੰਟੇ ਤਾਂ ਲਾਓ ਭਾਈ ਅੰਨੇ ਬੰਦੇ ਇਕੱਠੇ ਕਰੇ ਹੁਣ ਤੁਹਾਡੀ ਕੀ ਸੈਟਿਸਫਾਈ ਹੁਣ ਤੁਸੀਂ ਕੋਈ ਪ੍ਰਦਰਸ਼ਨ ਵਗੈਰਾ ਕਰਨਾ ਜਾਂ ਕਿਹਾ ਅਸੀਂ ਸਰ ਜੇਕਰ ਪ੍ਰਦਰਸ਼ਨ ਨਾ ਫੜੇ ਗਏ ਦੋ ਤਿੰਨ ਦਿਨ ਦਾ ਟਾਈਮ ਹੋਇਆ ਜੋ 15 ਦਿਨ ਦਾ ਕੀ ਹੋਇਆ ਇੰਨੇ ਬੰਦੇ ਇਕੱਠੇ ਹੋਏ ਕਰੇ ਵਾ ਸਰ ਕਾਤਿਲ ਟਾਈਮ ਲਾਉਣ 3 ਦਿਨ 4 ਦੀ ਕਰੋ ਪ੍ਰਦਰਸ਼ਨ ਕਰਾਂਗੇ ਸ਼ਾਂਤਮਈ ਪ੍ਰਦਰਸ਼ਨ ਅਸੀਂ ਸੰਘਰਸ਼ ਮਿਟਾਵਾਂਗੇ 15 ਦਿਨ ਪਰ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਾਡਾ ਅਲਟੀਮੇਟਮ ਇਹ ਹੈ ਕਿ ਸਾਡੇ ਨਾਲ ਸਾਡੇ ਜਿਹੜੇ ਕਾਤਲ ਨੇ ਉਹਨਾਂ ਨੂੰ ਫੜਿਆ ਜਾਵੇ ਜਲਦ ਤੋਂ ਜਲਦ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਨਹੀਂ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਠੀਕ ਹੈ ਇਹ ਹੁਣ ਜਿਹੜੀ ਗੱਲ ਕਹਿੰਦੇ ਆ ਵੀ ਕਹਿੰਦੇ ਸਾਨੂੰ ਹੁਣੇ ਕਤਲ ਫੜ ਕੇ ਸ਼ਾਮ ਤੱਕ ਹੁਣੇ ਨਾ ਮੈਨੂੰ ਨਹੀਂ ਨਹੀਂ ਹੁਣੇ ਨਹੀਂ ਸ਼ਾਮ ਤੱਕ ਦੋ ਤਿੰਨ ਸ਼ਾਮ ਤੱਕ ਮੈਂ ਤੁਹਾਡਾ ਵਾਅਦਾ ਨਹੀਂ ਕਰਦਾ ਸ਼ਾਮ ਤੱਕ ਨਹੀਂ ਜੀ ਦੋ ਤਿੰਨ ਦਿਨਾਂ ਦਾ ਹੁੰਦਾ 15 ਦਿਨ ਤਾਂ ਬਹੁਤ ਜ਼ਿਆਦਾ ਹੈ ਪੈਸੇ ਗਏ ਸੀ ਜੀ 4 ਘੰਟੇ 'ਚ ਬੰਦੇ ਚੱਕ ਲੈਂਦੇ ਸੀ ਸਰ 3 ਦਿਨ ਵੀ ਬਹੁਤ ਕੀ ਗੱਲ ਚਲੋ ਮਹਾਰਾਣੀ ਸੀ ਅਸੀਂ ਗਰੀਬ ਤਾਂ ਕਰਕੇ ਸਾਡੇ ਨਾਲ ਧੱਕਾ ਹੁੰਦਾ ਹਰੇਕ ਜਗ੍ਹਾ ਜਿੱਥੇ ਕਿਸੇ ਤਕੜੇ ਬੰਦੇ ਦਾ ਕਾਂਡ ਹੁੰਦਾ 1 ਮਿੰਟ 'ਚ ਕਤਲ ਫੜਿਆ ਜਾਂਦਾ ਅਸੀਂ ਕਿਉਂ ਨਹੀਂ ਫੜਿਆ ਜਾਣਾ ਸਾਡੇ ਵਾਸਤੇ ਆ ਦਿੱਲੀ ਫੜਿਆ ਇੱਕ ਕਾਂਡ ਹੋਇਆ ਦਿੱਲੀ ਕਾਂਡ ਹੋਇਆ ਸੀ ਉਹ ਹਾਲੀ ਬੋਲੋ ਇਹ ਜਿਹੜੇ ਕੈਮਰੇ ਨੇ ਚਾਰੇ ਪਾਸੇ ਕੈਮਰੇ ਆਪਾਂ ਚਾਰੇ ਪਾਸੋਂ ਲੋਕੇਸ਼ਨ ਲਵਾਂਗੇ ਕੈਮਰੇ ਦੇਖਾਂਗੇ ਵੀ ਬੰਦਾ ਕਿੱਧਰੋਂ ਗੱਡੀ ਐਂਟਰ ਹੋਈ ਹੋ ਸਕਦਾ ਇੱਥੋਂ ਗੱਡੀ ਐਂਟਰ ਹੋ ਗਈ ਪਿੰਡਾਂ 'ਚੋਂ ਐਂਟਰ ਹੋ ਕੇ ਵੜ ਗਈ ਹੋਵੇ ਜਿਹੜੇ ਮਾੜੀ ਨੀਅਤ ਨਾਲ ਬੰਦੇ ਆਏ ਨੇ ਲੈ ਕੇ ਉਹਨੂੰ ਰੋਡ ਨੂੰ ਥੋੜ੍ਹੇ ਲੈ ਕੇ ਹੋਣਗੇ ਜੇ ਅਸੀਂ ਤੇਜ਼ ਨੇ ਕੈਮਰਾ ਚੱਕ ਕਰੂੰ ਤਾਂ ਦੂਜੀ ਵੀ ਸਾਡੇ ਨਾਲ ਇਹ ਸੁਸਾਇਟੀਆਂ ਸਾਰੇ ਕੈਮਰੇ ਨੇ ਜੀ ਵੀਰੇ ਸਾਰੇ ਚੈੱਕ ਹੋਣ ਚਾਰੇ ਪਾਸੇ ਤੇ ਸਾਨੂੰ ਸਮਝ ਆ ਗਿਆ ਹੋਏ ਨਹੀਂ ਆ ਜੀ ਯਾਰ ਲੱਗਦਾ ਅਜੇ ਤਾਂ ਕੋਈ ਤੂੰ ਤਾਂ ਐਂ ਕਹਿੰਦਾ ਵੀ ਉਹ ਕਰੋ 12-13 ਘੰਟੇ ਹੋ ਗਏ ਸਰ ਮੇਰੀ ਗੱਲ ਸੁਣੋ ਮੇਰੀ ਸਾਨੂੰ ਆਪਣੀ ਤਫਤੀਸ਼ ਕਰਨ ਦਿਓ
जिन्होंने रात लिया जी हाथ चाहते चल 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 भाई अगे चलो जेडिया लोकेशन लगता खिलाओ जा